मैं सतीश कुमार तुहाडा सारिया दा SKB न्यूज चैनल विच स्वागत करदा हां। नेचुरल हेयर लुक में आपका स्वागत है SKB न्यूज। ਸਤੀ ਵਾਲੀ SKB ਨਿਊਜ਼ ਤੋਂ ਆਓ ਤੁਹਾਡੀ ਗੱਲ ਕਰਾਨੀ ਆ ਸਾਡੇ ਭਾਈ ਸਾਹਿਬ ਜੀ ਇਹਨਾਂ ਦਾ ਨਾਮ ਪੁੱਛਦੇ ਆ। ਹਾਂਜੀ ਸਰ, ਤੁਹਾਡਾ ਨਾਮ ਕੀ ਹੈ? ਹਾਂਜੀ, ਮੇਰਾ ਨਾਮ ਜਾਵੇਦ ਅਹਿਮਦ ਹੈ ਜੀ, ਔਰ ਮੇਰੇ ਸੈਲੂਨ ਦਾ ਨਾਮ ਹੈ ਨੈਚੁਰਲ ਲੁੱਕ ਸਲੋਨ, ਔਰ ਇੱਥੇ ਆਪਾਂ ਮਤਲਬ ਹੇਅਰ ਵੀਵਿੰਗ ਦਾ ਕੰਮ ਕਰਦੇ, ਹੇਅਰ ਪੈਚ ਦਾ ਕੰਮ ਕਰਦੇ ਹਾਂ। ਕਿ ਇੱਥੇ ਗੰਜਿਆਂ ਨੂੰ ਜਿਹੜੇ ਮਤਲਬ ਥੋੜ੍ਹੇ ਵਾਲ ਨਿਕਲ ਜਾਂਦੇ ਆ ਜਾਂ ਹਾਫ ਬਾਲਡ ਹੋ ਜਾਂਦੇ ਆ, ਅਤੇ ਉਹਨਾਂ ਨੂੰ ਅਸੀਂ ਹੇਅਰ ਲਗਾਉਂਦੇ ਹਾਂ, ਅਤੇ ਉਹ ਸਾਡਾ ਪੈਚ ਸਿਸਟਮ ਹੁੰਦਾ ਜੀ। ਅਤੇ ਉਹਦੇ 'ਤੇ ਤੁਸੀਂ ਮਤਲਬ ਕੋਈ ਵੀ ਬੰਦਾ ਇੱਕਦਮ ਹੀ ਦੋ ਘੰਟੇ ਦੇ ਵਿੱਚ ਚੇਂਜ ਹੋ ਸਕਦਾ, ਮਤਲਬ ਜਿਹਦੇ ਹੇਅਰਸ ਵੀ ਨਾ ਹੋਣ, ਕੁਛ ਵੀ ਨਾ ਹੋਣ ਉੱਪਰਲੀ ਸਾਈਡ 'ਤੇ, ਆਪਾਂ ਉਹਨੂੰ ਪੂਰਾ ਪ੍ਰੋਪਰਲੀ ਸੈਟਅਪ ਕਰਕੇ ਦੇ ਦਿੰਦੇ ਹਾਂ। ਅਤੇ ਸਰ ਤੁਹਾਡਾ ਐਡਰੈਸ ਕੀ ਹੈ ਅਤੇ ਮੋਬਾਈਲ ਨੰਬਰ, ਜੇ ਤੁਹਾਡੇ ਕੋਲ ਕੋਈ ਆਵੇ ਕਸਟਮਰ ਉਹਦੇ ਉਹਨੂੰ ਨੰਬਰ ਮੋਬਾਈਲ ਨੰਬਰ ਜ਼ਰੂਰ ਦਿਓ। ਹਾਂਜੀ ਹਾਂਜੀ ਸਰ, ਨੈਚੁਰਲ ਸਲੋਨ ਦਾ ਮੇਨ ਜਿਹੜਾ ਮੋਬਾਈਲ ਨੰਬਰ ਹੈ ਉਹ ਹੈ ਜੀ ਆਪਣਾ 9646417795। ਐਡਰੈਸ ਸਰ ਆਪਣਾ ਹੈਗਾ 72C ਮੋਤੀ ਨਗਰ, ਨੀਅਰ ਪੈ ਜਾਂਦਾ ਆਪਣਾ ਜੀ ਰੇਖੀ ਡਿਪਾਰਟਮੈਂਟ ਸਟੋਰ ਹੈਗਾ, ਅਤੇ ਉਹਦੇ ਨਾਲ ਹੀ ਆਪਣੀ 4 ਮੰਜ਼ਲੀ ਬਿਲਡਿੰਗ ਹੈ, ਉਹਦੇ ਨਾਲ ਹੀ ਇਹ ਵਰਕ ਕੀਤਾ ਜਾਂਦਾ ਜੀ। ਪੂਰਾ ਵਧੀਆ ਤਰੀਕੇ ਨਾਲ ਆਪਾਂ ਹੇਅਰ ਪੈਚ ਸਿਸਟਮ ਕਰਦੇ ਹਾਂ। ਜੇ ਸਰ ਕੋਈ ਨਿਰਾਸ਼ ਬੰਦਾ ਤੁਹਾਡੇ ਕੋਲ ਆ ਜਾਂਦਾ, ਜਿਵੇਂ ਗੰਜਾ ਹੋਵੇ, ਕੁਝ ਥੋੜ੍ਹੇ ਥੋੜ੍ਹੇ ਵਾਲ ਹੋਣ, ਉੜ ਜਾਣ, ਅਤੇ ਉਹਨਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ ਹੋ, ਕਿੱਦਾਂ ਉਹਨਾਂ ਦੇ ਵਾਲ ਲਗਾ ਦਿੰਦੇ ਹੋ ਜੀ? ਹਾਂਜੀ, ਅਸੀਂ ਕਸਟਮਰ ਨੂੰ ਸਮਝਾਈਦਾ, ਉਹਨਾਂ ਦਾ ਦੇਖੀਦਾ ਵੀ ਕਿਆ ਨਾਮ ਉਹਨਾਂ ਦੇ ਹੇਅਰ ਕਿੰਨਾ ਕੁ ਬਾਹਰ ਨਿਕਲੇ ਹੋਏ ਹੈ, ਵੀ ਕਿੰਨਾ ਕੁ ਉਹ ਗੰਜਾ ਹੈਗਾ, ਕਿੰਨੇ ਕੁ ਉਹ ਮਤਲਬ ਅੱਜ ਕੱਲ੍ਹ ਜਿੰਨੇ ਮਰਜ਼ੀ ਤੇਲ ਯੂਜ਼ ਕਰ ਲਓ, ਤੁਸੀਂ ਕੁਛ ਵੀ ਕਰ ਲਓ, ਇੰਨੀ ਛੇਤੀ ਆਉਂਦੇ ਹੀ ਨਹੀਂ, ਉਹ ਪੈਸਾ ਇੰਨਾ ਬਰਬਾਦ ਕਰ ਲੈਂਦੇ ਕਸਟਮਰ, ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ, ਉਹ ਫਿਰ ਥੋੜ੍ਹੇ ਦਿਨਾਂ ਬਾਅਦ ਨਿਕਲ ਜਾਂਦੇ ਵਾਲ। ਹਾਂ, ਉਹ ਫਿਰ ਅਸੀਂ ਨਾ ਉਹਨਾਂ ਨੂੰ ਸਮਝਾਈਦਾ, ਪਿਆਰ ਮੁਹੱਬਤ ਨਾਲ ਦੱਸੀਦਾ ਵੀ ਇੱਦਾਂ ਇੱਦਾਂ ਤੁਸੀਂ ਕਰਾ ਸਕਦੇ ਹੋ। ਇਹਦੇ 'ਚ ਜੀ ਜਿੰਨਾ ਮਤਲਬ ਕਲਾਇੰਟ ਆਪਣਾ ਗੰਜਾ ਹੁੰਦਾ, ਉਹਦੇ ਅਕੋਰਡਿੰਗ ਹੀ ਪੈਚ ਬਣਿਆ ਹੁੰਦਾ, ਉਨੇ ਹੀ ਸਾਈਜ਼ ਦੇ ਹਿਸਾਬ ਨਾਲ ਅਸੀਂ ਪੈਚ ਲਾਉਂਦੇ ਹਾਂ, ਅਤੇ ਉਸ ਹਿਸਾਬ ਨਾਲ ਉਹਨਾਂ ਨੂੰ ਸੈਟਿਸਫਾਈ ਕਰਕੇ ਤੋਰੀ ਦਾ ਵੀ, ਜਿਹਦੇ ਕੀ ਕਹਿੰਦਾ ਉਹਨਾਂ ਨੂੰ ਫੁੱਲ ਸੈਟਿਸਫੈਕਸ਼ਨ ਹੋ ਜੇ। ਸਾਡੇ ਕੋਲ ਜੇ ਇਕੱਲੀ ਟ੍ਰਾਇਲ ਵਾਸਤੇ ਵੀ ਆ ਸਕਦੇ ਨੇ, ਜਸਟ ਆ ਕੇ ਵਾਚ ਕਰਨ। ਚਲੋ, ਤੁਸੀਂ ਸੈਂਪਲ ਜ਼ਰੂਰ ਦਿਖਾ ਦੋਗੇ ਸਰ? ਹਾਂਜੀ ਹਾਂਜੀ, ਸੈਂਪਲ ਵੀ ਤੁਹਾਨੂੰ ਦਿਖਾਵਾਂਗੇ ਜੀ। ਅਸੀਂ ਇੱਦਾਂ ਸਾਡੇ ਕੋਲ ਪੈਚਿਸ ਹੁੰਦੇ ਆ ਜੀ, ਆਹ ਪੈਚਿਸ ਹੁੰਦੇ ਆ, ਇਹ ਜੇ ਸਾਈਜ਼ਿਸ ਹੁੰਦੇ ਜੀ, ਜਿੰਨਾ ਵੀ ਛੋਟਾ ਹੋਵੇ ਵੱਡਾ ਹੋਵੇ, ਇਹ ਪਿਓਰ ਸਰ ਹਿਊਮਨ ਹੇਅਰਸ ਹੁੰਦਾ, ਇਹ ਓਰੀਜਨਲ ਵਾਲ ਹੁੰਦਾ ਬਿਲਕੁਲ। ਇਹ ਇੱਦਾਂ ਅਸੀਂ ਪੈਚ ਲਾਉਂਦੇ ਹਾਂ ਕਸਟਮਰ ਨੂੰ, ਇਹ ਜਿੰਨਾ ਮਰਜ਼ੀ ਕਸਟਮਰ ਦੇ ਪ੍ਰੋਬਲਮ ਹੋਵੇ ਹੇਅਰ ਦੇ ਵਿੱਚ, ਕੋਈ ਵੀ ਦਿੱਕਤ ਹੈ ਮਤਲਬ ਪਰੇਸ਼ਾਨੀ ਹੈ, ਉਹ ਨਹੀਂ ਮਤਲਬ ਵਾਲ ਆਪਣੇ ਵੱਡੇ ਰੱਖ ਸਕਦਾ, ਤਾਂ ਪੈਚ ਲਵਾਓ। ਇਹਦੇ 'ਚ 3-4 ਤਰ੍ਹਾਂ ਦੇ ਤਰੀਕੇ ਨਾਲ ਅਸੀਂ ਲਗਾ ਸਕਦੇ ਹਾਂ, ਇੱਕ ਪੇਸਟਿੰਗ ਨਾਲ ਲਗਾ ਸਕਦੇ ਜੀ ਅਸੀਂ, ਇੱਕ ਕਲਿਪਿੰਗ ਨਾਲ ਲਗਾ ਸਕਦੇ ਹਾਂ, ਅਤੇ ਇਕੱਲੀ ਟੇਪ ਨਾਲ, ਤਾਂ ਕਲਾਇੰਟ ਉਹਦੇ ਨਾਲ ਟੋਟਲੀ ਸੈਟਿਸਫਾਈ ਹੁੰਦਾ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਪਰੇਸ਼ਾਨੀ ਨਹੀਂ ਆਉਂਦੀ, ਅਤੇ ਵਿਦ ਇਨ ਮਤਲਬ ਇੱਕ ਵਾਰੀ ਪੈ ਛਾਲੇ ਛੁੱਲੇ ਤਾਂ ਨਹੀਂ ਪੈਂਦੇ ਸਰ? ਨਹੀਂ ਜੀ ਨਹੀਂ, ਕੋਈ ਛਾਲੇ ਨਹੀਂ ਪੈਂਦੇ। ਹਾਂ, ਕੋਈ ਗਲਤ ਗਲਿਊ ਨਹੀਂ ਜੀ, ਨਹੀਂ ਕੋਈ ਰਿਐਕਸ਼ਨ ਨਹੀਂ ਹੁੰਦਾ ਇਹਦਾ, ਕੋਈ ਸਾਈਡ ਇਫੈਕਟ ਨਹੀਂ ਹੈ। ਸਾਡੇ ਬਹੁਤ ਕਲਾਇੰਟਸ ਹੈ ਜਿਹੜੇ ਰੋਜ਼ ਰੈਗੂਲਰ ਵੇ ਨਾਲ ਆਪਣਾ ਕੰਮ ਚੱਲਦਾ ਜੀ, ਕਿਸੇ ਨਾਲ ਕੋਈ ਸਕਿਨ 'ਤੇ ਕੋਈ ਸਾਈਡ ਇਫੈਕਟ ਨਹੀਂ। ਹਾਂ, ਕਿਸੇ ਦੇ ਪਿੰਪਲਸ ਵਗੈਰਾ ਅਗਰ ਹੁੰਦੇ ਵੀ ਹੈ, ਪਹਿਲੇ ਆਲਰੇਡੀ ਸਕਿਨ 'ਤੇ ਪਿੰਪਲ ਹੋਵੇ, ਤਾਂ ਉਹਨਾਂ ਨੂੰ ਅਸੀਂ ਪ੍ਰੈਫਰ ਨਹੀਂ ਕਰਦੇ ਵੀ ਤੁਸੀਂ ਪੈਚ ਲਾਓ। ਅਸੀਂ ਉਹਨਾਂ ਨੂੰ ਪ੍ਰੈਫਰ ਕਰਦੇ ਹਾਂ ਜਿਹੜੇ ਕਿਆ ਨਾਮ ਸਕਿਨ ਕਲੀਅਰ ਹੋਵੇ, ਅਤੇ ਗਮ ਜਿਹੜੀ ਹੁੰਦੀ ਹੈ, ਜਿਹੜੀ ਗਮ ਅਸੀਂ ਯੂਜ਼ ਕਰਦੇ, ਉਹ ਪ੍ਰੋਟੈਕਟਿੰਗ ਗਮ ਹੁੰਦੀ ਹੈ, ਅਤੇ ਉਹ ਸਕਿਨ ਨੂੰ ਪ੍ਰੋਟੈਕਟ ਕਰਦੀ ਹੈ, ਅਤੇ ਬੜੇ ਹੀ ਵੇ ਨਾਲ ਮਤਲਬ ਪ੍ਰੋਪਰ ਉਹ ਤਾਂ ਅਸੀਂ ਫੋਲੋ ਕਰ। ਹਾਂਜੀ ਹਾਂਜੀ, ਨੁਕਸਾਨ ਨਹੀਂ ਕਰਦੇ, ਪੂਰਾ ਅਸੀਂ ਫੋਲੋ ਕਰਦੇ ਹਾਂ। ਅਤੇ ਆਹ ਪੈਚਿਸ ਹੁੰਦੇ ਜੀ ਇਹਨਾਂ ਦੇ, ਪੂਰੇ ਇਹ ਵੱਖਰੇ ਵੱਖਰੇ ਕੁਆਲਿਟੀ ਦੇ ਹੁੰਦੇ। ਹਾਂਜੀ ਹਾਂਜੀ, ਇਹ ਵੱਖਰੀ ਵੱਖਰੀ ਕੁਆਲਿਟੀ ਦੇ ਹੁੰਦੇ ਜੀ, ਇਹਦੇ 'ਚ ਸਾਡੇ ਕੋਲ ਬਹੁਤ ਅੱਛੀ ਅੱਛੀ ਕੁਆਲਿਟੀ ਪੜੀ ਹੈ। ਹਾਂਜੀ, 6999 ਤੋਂ ਸਾਡੇ ਪੈਚਿਸ ਸਟਾਰਟ ਹੋ ਜਾਂਦੇ ਜੀ। ਹਾਂਜੀ ਹਾਂਜੀ, ਆਹ ਦੇਖੋ, ਇਹ ਓਰੀਜਨਲ ਵਾਲ ਹੈ, ਬਿਲਕੁਲ ਓਰੀਜਨਲ, ਕੋਈ ਕਿਸੇ ਤਰ੍ਹਾਂ ਦਾ ਦਿੱਕਤ ਨਹੀਂ ਹੈ। ਹਾਂਜੀ ਹਾਂਜੀ, ਕੋਈ ਨਹੀਂ ਕਹਿ ਸਕਦਾ ਜੀ, ਜਿੱਦਾਂ ਦੇ ਤੁਹਾਡੇ ਖੁਦ ਦੇ ਹੇਅਰ ਹੈ। ਸਰ ਇਹ ਸਰ ਗਰੰਟੀ ਇੱਦਾਂ ਹੈ ਜੀ, ਇਹ ਆਪਣਾ ਮੇਨਟੇਨੈਂਸ 'ਤੇ ਹੈ ਵੀ ਕਲਾਇੰਟ ਕਿਵੇਂ ਮੇਨਟੇਨ ਕਰਦਾ। ਕਿੰਨੇ ਕਲਾਇੰਟਾਂ 'ਤੇ 2-2 ਸਾਲ ਵੀ ਕੱਢ ਦਿੰਦੇ ਹੈ, ਪਰ ਅਸੀਂ ਸਾਲ ਤੱਕ ਤਾਂ ਕਿਤੇ ਨਹੀਂ ਜਾਂਦੇ ਹੁੰਦੇ ਜੀ। ਹਾਂ, ਸਾਲ ਤੱਕ ਤਾਂ ਚੱਲਦੇ ਹੀ ਹੈ ਜੀ। ਹਾਂ, ਚੱਲ ਜਾਂਦੇ ਕਲਾਇੰਟ ਹੁਣ। ਹਾਂ, ਸੰਭਾਲ ਦੇ ਹਿਸਾਬ ਨਾਲ ਹੈ ਜੀ, ਕੇਅਰ ਕਰੋ, ਬਾਕੀ ਕਲਰ ਜਿੱਦਾਂ ਦਾ ਮਰਜ਼ੀ ਤੁਸੀਂ ਲੈ ਸਕਦੇ ਹੋ। ਸਾਰੇ ਕਲਰ ਮਿਲ? ਹਾਂਜੀ ਹਾਂਜੀ, ਸਾਰੇ ਜਿਹੜੇ ਕਲਾਇੰਟ ਨੂੰ ਪਸੰਦ ਹੈ। ਹਾਂਜੀ ਹਾਂਜੀ, ਬਲੈਕ, ਬਰਾਊਨ, ਜਿੱਦਾਂ ਦਾ ਮਰਜ਼ੀ ਇੱਥੇ ਕਲਰ ਕਰਾ ਲਓ, ਤੁਸੀਂ ਬਲੀਚ ਕਰਾਓ, ਇਹਦੇ 'ਤੇ ਕਲਰ ਕਰਾਓ, ਜਿਹੜਾ ਤੁਹਾਡਾ ਦਿਲ ਕਰਦਾ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਜੇ ਤੁਹਾਡੇ ਕੋਲ ਕਸਟਮਰ ਆ ਜਾਂਦੇ, ਗਾਹਕ ਆ ਜਾਂਦੇ ਜੀ, ਉਹਨਾਂ ਦੇ ਵਾਸਤੇ ਕੋਈ ਚੱਲ ਰਿਹਾ ਜੀ ਸਕੀਮ ਤੁਹਾਡੀ? ਹਾਂਜੀ, ਸਾਡੀ ਨਾ ਇਸ ਟਾਈਮ ਔਫਰ ਚੱਲ ਰਹੀ ਹੈ 6999 ਦੀ। ਅਸੀਂ 7000 ਦੇ ਵਿੱਚ, 6999 ਦੇ ਵਿੱਚ ਅਸੀਂ ਪੈਚ ਲਾ ਕੇ ਦਿੰਦੇ ਹਿਊਮਨ ਹੇਅਰ ਓਰੀਜਨਲ। ਹੁਣ ਮਾਰਕੀਟ ਦੇ ਵਿੱਚ ਲੋਕ 5-5 ਹਜ਼ਾਰ, 6-6 ਹਜ਼ਾਰ ਦੇ ਵਿੱਚ ਲਾਈ ਜਾਂਦੇ, ਪਰ ਉਹ ਕੀ ਕਰਦੇ, ਉਹ ਸਿੰਥੈਟਿਕ ਮਿਕਸ ਹੁੰਦੇ ਨੇ, ਪਰ ਅਸੀਂ ਪੂਰੀ ਗਰੰਟੀ ਦਿੰਦੇ ਵੀ 6999 ਦੇ ਵਿੱਚ ਅਸੀਂ ਵਧੀਆ ਕੁਆਲਿਟੀ ਵਾਲਾ ਪੈਚ ਲਾ ਕੇ ਦਿੰਦੇ ਹਾਂ।
जिहड़ा मार्केट दे विच 10 10 12 12 हज़ार रुपया डिमांड करते हैं, तो असीं क्वालिटी वाइज एन वधिया करके लाने जी। बाकी जिहड़े 5-6 thousand तक वो थोड़े सिंथेटिक मिक्स होंगे ने, बट वो असीं मैं नहीं यूज़ कराता इत्थे, तो असी प्योर यूज़ करीदा और जिहदी क्वालिटी भी अच्छी हुंदी है, तो कोई किसी तरह की कोई प्रॉब्लम नहीं आती। दुकान दी लंबा ना आवे। हाँ जी, हाँ जी, असी क्लाइंट की पूरी सुनवाई करते हैं, जे उन्हां दी कोई सैटिस्फैक्शन नहीं पूरी हुंदी है असी फुल उन्हां नूं सपोर्ट करते हैं, किसी भी तरीके की उन्होंने लगे भी सानूं सैटिस्फैक्शन नहीं हुई है असी पूरा उन्हां दा साथ देईदा, कोई ऐसी गल नहीं, किसी तरह की कोई असी हरासमेंट नहीं करते। क्लाइंट नूं आंदे सब तो पहले असी अपनी पूरा ख्याल करते जी, पूरा हर तरीके। हाँ जी, हाँ जी, हाँ जी, बिल्कुल बिल्कुल पूरा चीज़ का। तो एक सवाल होर सर तुहाडे नाल करना चाहते हैं, जिहड़ी लेडी ने बेड़ियां ने भैणा ने बेटियां ने ते उन्हां दा भी तुसीं गंजापन दूर कर दिंदे हो सर लेडीज़ दा? हाँ जी, हाँ जी, हाँ जी, हाँ जी सर, साडे कोल लेडीज़ वास्ते भी पैचिस हुंदे ने, उन्हां दे जे शोर्ट लैंथ चाहिए उन्हां लोंग लैंथ चाहिए उस तरीके नाल, जो कोई लेडीज़ फ्रंट तो जिवें गंजी हो जाते उन्हां दे हेयरस निकल जाते बहुत ज़्यादा, तो असीं उन्हां ते भी पैच लगदे पूरी एन पता ही नहीं लगता कि भी उन्हां ने कुछ लाया होया, उहदे च भी सेम पैच लग सकदा, क्लिपिंग हो सकती है, जे फुल हेयरस नहीं है हैड पर तो उन्हें भी पूरी कैप आती है, जिनी भी लेंथ वो चाहते हैं उन्होंने अकॉर्डिंग असी तैयार करा के दे देंगे, पूरा तैयार करके बना के देंगे। किन्ने लेडीज साल तक तुम कर चुके हैं जी, ये बाल लगा चुके हैं लेडीज, उन्होंने बारे दसो किन्ने सर? लेडीज़ के लगते रहेंगे जी, नियर अबाउट सर असी तो लास्ट 5-6 years तो वर्क कर रहे हैं, तो क्लाइंट साढ़े को आ रहे हैं तो करा के जा रहे हैं। तो सर जी लेडीज आ साड़िया भैणा दी उन्हां वास्ते कोई ऑफर या कोई स्कीम चल रही है उन्हां बारे भी जानकारी दो भैणा नूं? उन्होंने सर इदा हों कि उन्होंने जी लेडीज़ के असी लगाते हैं वो 999 तो स्टार्ट होंगी है, मतलब 10,000 तक उन्होंने लग जाता, 999 तो स्टार्ट होंगी ओरिजिनल हूमन हेयरस होंगे ने, और पूरी लेंथ उन्होंने नियर अबाउट हिसाब ला लो 10 inches तक होती है, तो तुम लगवा सकते हो 10-12 inches तक 15 inches तक भी कवर कर लेंगे। हाँ जी, हाँ जी, 999 के विच है, हाँ 999 के विच लगवा सकते हैं। लो जी, मैं सतीश वाली जी SKB न्यूज़ तो, कैमरामैन नीरज प्रसाद जी, जय हिंद जय भारत, सत श्री अकाल। कौन है सत्य का?